ਮੈਂ ਕਿਹਾ ਲਓ ਜੀ ਆਪਾਂ ਹਵਾ ਚੈੱਕ ਕਰ ਲਈਏ ਮੈਨੂੰ। ਲਓ ਜੀ ਆਪਾਂ ਬਿਆਸ ਰੁਕ ਗਏ ਸੀਗੇ, ਜ਼ਿਆਦਾ ਦੂਰ ਤਾਂ ਨਹੀਂ ਗਏ ਵੀ ਧੁੰਦ ਬਹੁਤ ਹੈ। ਵੈਲਕਮ ਜੀ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੋਗ ਦੇ ਵਿੱਚ। ਹੋਰ ਸੁਣਾਓ ਸਾਰੇ ਜਣੇ ਠੀਕ ਠਾਕ ਹੋ, ਕਿਵੇਂ ਹੋ, ਕਿਵੇਂ ਚਾਹੀਦੇ ਹੋ? ਅਤੇ ਅੱਜ ਤਰੀਕ ਹੈ ਜੀ 31 ਦਸੰਬਰ, ਸਾਲ ਦਾ ਆਖਰੀ ਦਿਨ। ਜਦੋਂ ਤੱਕ ਆਹ ਵਲੋਗ ਆਉਣਾ ਉਦੋਂ ਤੱਕ ਨਵਾਂ ਸਾਲ ਚੜ੍ਹ ਜਾਣਾ ਜੀ। ਅਤੇ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਨਵਾਂ ਸਾਲ ਤੁਹਾਡੇ ਸਾਰਿਆਂ ਵਾਸਤੇ ਬਹੁਤ ਖੁਸ਼ੀਆਂ ਭਰਿਆ ਹੋਵੇ ਜੀ, ਤੁਹਾਡੇ ਸਾਰੇ ਸੁਪਨੇ ਪੂਰੇ ਹੋਣ, ਅਤੇ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ। ਆਪਣੇ ਨਾਲ ਦੇ ਰਾਈਡਰ ਜੀ ਅੱਜ ਬਿਜ਼ੀ ਨੇ, ਫਿਰ ਆਪਾਂ ਅੱਜ ਸੋਲੋ ਰਾਈਡ ਕਰਾਂਗੇ, ਦੇਖਦੇ ਹਾਂ ਕਿੱਥੇ ਤੱਕ ਜਾਂਦੇ ਹਾਂ। ਐਂਡ ਤੱਕ ਬਣੇ ਰਹੋ, ਤੁਹਾਨੂੰ ਦਿਖਾ ਦਾਂਗੇ ਜੋ ਵੀ ਅੱਜ ਕਰਾਂਗੇ ਫਿਰ। ਠੀਕ ਹੈ ਜੀ, ਫਿਰ ਚੱਲਦੇ ਹਾਂ। ਮੈਂ ਕਿਹਾ ਲਓ ਜੀ ਆਪਾਂ ਹਵਾ ਚੈੱਕ ਕਰ ਲਈਏ, ਮੈਨੂੰ ਹਵਾ ਘੱਟ ਲੱਗਦੀ ਪਈ ਆ ਪਿਛਲੇ ਟਾਇਰ 'ਚ ਯਾਰ। ਹਵਾ ਚੈੱਕ ਕੀਤੀ ਨੂੰ ਵੀ ਕਾਫੀ ਟਾਈਮ ਹੋ ਗਿਆ, ਮੇਰੇ ਹਿਸਾਬ ਨਾਲ 2 ਕੁ ਮਹੀਨੇ ਪਹਿਲਾਂ ਕੀਤੀ ਸੀ ਚੈੱਕ। ਲੋ ਮੈਂ ਕਿਹਾ ਜੀ ਹਵਾ ਘੱਟ ਸੀਗੀ, ਪਿੱਛੇ ਹੋਣੀ ਚਾਹੀਦੀ ਆ 42 ਅਤੇ ਅੱਗੇ 36। ਦੇਖੋ ਕਿੰਨੇ ਸੋਹਣੇ ਸੋਹਣੇ ਕੱਪੜੇ। ਓਹੋ ਠੰਡ ਬੜੀ ਹੈ ਜੀ, ਸਾਰੇ ਜਣੇ ਆਪਣਾ ਧਿਆਨ ਰੱਖੋ, ਕੋਹਰਾ ਪੈਂਦਾ ਅੱਜ ਕੋਹਰਾ। ਲਓ ਜੀ ਆਪਾਂ ਬਿਆਸ ਰੁਕ ਗਏ ਸੀਗੇ, ਜ਼ਿਆਦਾ ਦੂਰ ਤਾਂ ਨਹੀਂ ਗਏ ਵੀ ਧੁੰਦ ਬਹੁਤ ਹੈ ਅਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਜੀ। ਨਵੇਂ ਸਾਲ ਦਾ ਟਾਈਮ ਹੈ, ਤੁਸੀਂ ਦੇਖ ਸਕਦੇ ਹੋ ਬਿਆਸ ਟੋਲ 'ਤੇ ਜਾਮ ਕਿੰਨਾ ਲੱਗਿਆ ਹੋਇਆ। ਬਸ ਛੋਟੀ ਜਿਹੀ ਰਾਈਡ ਸੀਗੀ ਆਪਣੀ, ਅਤੇ ਹੁਣ ਬਸ ਚੱਲਦੇ ਹਾਂ ਜੀ ਫਿਰ।
ਜੀ ਘਰ ਪਹੁੰਚ ਗਏ ਆਪਾਂ ਤੇ ਬੜਾ ਮਜ਼ਾ ਆਇਆ ਅੱਜ। ਸੋਲੋ ਰਾਈਡ ਦਾ ਆਪਣਾ ਮਜ਼ਾ, ਗਰੁੱਪ ਦਾ ਆਪਣਾ ਮਜ਼ਾ। ਸੋਲੋ ਬੰਦਾ ਆਇਆ ਹੁੰਦਾ ਵੀ ਨਾ ਕਿਸੇ ਦੀ ਵੇਟ ਕਰਨੀ, ਨਾ ਕਿਸੇ ਨੂੰ ਦੇਖਣਾ, ਕੋਈ ਬੰਦਾ ਪਿੱਛੇ ਰਹਿ ਗਿਆ ਆਪਣੇ ਨਾਲ, ਆਪਣਾ ਆਪਣਾ ਮਸਤ ਮਸਤ ਚੱਲੀ ਜਾਓ ਤੇ ਬੜਾ ਮਜ਼ਾ ਆਇਆ ਜੀ। ਤੇ ਤੁਸੀਂ ਦੇਖਿਓ ਹੋਣਾ ਪਿਛਲੀ ਕਲਿੱਪ 'ਚ ਉੱਥੇ ਆਪਣੇ ਕਿੰਨਿਆਂ ਬੰਦਿਆਂ ਨੇ ਫੋਟੋ ਖਿਚਾਈ ਮੋਟਰਸਾਈਕਲ ਨਾਲ। ਵੈਸੇ ਇੱਕ ਗੱਲ ਦੇਖੀ, ਜਿੱਥੇ ਵੀ ਮੋਟਰਸਾਈਕਲ ਖੜ੍ਹਦਾ ਆਪਣਾ, ਲੋਕ ਬਹੁਤ ਪਿਆਰ ਕਰਦੇ ਆ ਮੋਟਰਸਾਈਕਲ ਨੂੰ, ਦੇਖ ਕੇ ਬਹੁਤ ਖੁਸ਼ ਹੁੰਦੇ ਆ ਅਤੇ ਫੋਟੋ ਖਿਚਾਉਂਦੇ ਆ, ਫਿਰ ਬੜਾ ਮਜ਼ਾ ਆਉਂਦਾ। ਅਤੇ ਲਓ ਜੀ, ਫਿਰ ਮੈਂ ਤਾਂ ਬਹੁਤ ਇੰਜੋਏ ਕੀਤਾ, ਜੇ ਤੁਸੀਂ ਵੀਡੀਓ ਨੂੰ ਇੰਜੋਏ ਕੀਤਾ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ, ਲਾਈਕ, ਕਮੈਂਟ, ਸ਼ੇਅਰ ਕਰ ਦਿਓ। ਇੱਦਾਂ ਦੀਆਂ ਹੋਰ ਕਿਹੜੀਆਂ ਕਿਹੜੀਆਂ ਵੀਡੀਓ ਦੇਖਣ ਵਾਸਤੇ ਆਪਣੇ ਨਾਲ ਬਣੇ ਰਹੋ ਜੀ। ਅਤੇ ਜੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਹੁਣ ਮਿਲਦੇ ਹਾਂ ਆਪਾਂ ਅਗਲੇ ਵਲੋਗ 'ਚ। ਓਕੇ ਜੀ, ਬਾਏ।